हुण होर वधेगी उड़ीक। बदली जिमनी चोणा दी तरीक। किस हद आवेगी बाजी, किस दे लगेगी सीप। पंजाब दिया चार सीटा ते हो रही जिमनी चोणा हुण 13 नवंबर नू नहीं होणगियां। लोकां नू वोट पाउण लई उड़ीक करनी पवेगी। उम्मीदवारां नू प्रचार करन लई होर दिन मिल गए। साहां दी धड़कन वी होर वध गई। जी हां, गिदड़वाहा डेरा बाबा नानक चब्बेवाल ते बरनाला सीट लई हुण वोटिंग 13 नवंबर दी थां 20 नवंबर नू होवेगी ते 23 नवंबर नू इस दे नतीजे आउणगे। इलेक्शन दियां तरीकां च बदलाव दा कारण त्योहार दसे जा रहे ने। त्योहारां दे मद्देनजर चोन कमीशन ने पंजाब, केरल ते यूपी च बाय इलेक्शन दी तरीका बदलियां। एक पासे चोणां दी तरीका च बदलाव होया, किते ना किते इस च क्रेडिट वार भी शुरू हो गई। विरोधी धिर दे आगू प्रताप बाजवा दा कहना है कि उन्हां ने बीते दिन ही चिट्ठी लिखी सी चोणां दियां तरीका अग्गे करन लई, ते हुण जदों तरीक अग्गे होई है तां हुण चोन कमीशन दा धन्नवाद भी कीता। एक चिट्ठी मैं चीफ इलेक्शन कमिश्नर साहब नू 18 अक्तूबर वाले दिन लिखी सी। उहदे विच मैं मेंशन कीता सी कि गुरपुरब भी है ते सिख जिहड़ी साडे लोक ने या गुरु नानक लेवा लोक ने वो हज़ारां गुरद्वारियां दे विच उस त्यौहार दे विच बहुत ही जलो जलौ दे नाल उहनू मनांदे ने। ਤੁਸੀਂ ਉਹਨਾਂ ਦਿਨਾਂ 'ਚ ਇਲੈਕਸ਼ਨ ਰੱਖ ਲਈਏ, ਇਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸੀ। ਦਿਵਾਲੀ ਵੀ ਆਈ ਹੈ ਐਂਡ ਨਾਲ ਹੀ ਇਹ ਫਸਲਾਂ ਦਾ ਟਾਈਮ ਸੀ, ਤਾਂ ਜੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਮੈਂ ਤਾਂ ਇਹਨੂੰ ਵੈਲਕਮ ਕਰਾਂਗਾ, ਕਿਉਂਕਿ ਚਿੱਠੀ ਮੈਂ ਖੁਦ ਹੀ ਲਿਖੀ ਸੀ ਕਿ ਇਹਨੂੰ ਥੋੜ੍ਹਾ ਜਿਹਾ ਇਸ ਡੇਟਸ ਨੂੰ ਥੋੜ੍ਹਾ ਜਿਹਾ ਅੱਗੇ ਦਿੱਤਾ ਜਾਏ ਸੋ ਦੈਟ ਸਾਡੀਆਂ ਸੈਲੀਬ੍ਰੇਸ਼ਨਸ ਮੁੱਕ ਸਕਣ। ਸਾਨੂੰ ਇੱਕ ਹਫ਼ਤਾ ਐਕਸਟਰਾ ਮਿਲਿਆ, ਮੇਰਾ ਖਿਆਲ ਉਹਦੇ ਨਾਲ ਅਸੀਂ ਥੈਂਕਸ ਵੀ ਕਰਨਾ ਚਾਹਾਂਗਾ, ਕਿਉਂਕਿ ਬੇਸਿਕ ਮੇਰਾ ਇਹ ਮੰਨਣਾ ਸੀ ਕਿ ਜੇ ਅਸੀਂ ਜਦੋਂ ਤਿਉਹਾਰ ਸਾਡੇ ਚੱਲ ਰਹੇ ਨੇ, ਜਦੋਂ ਮੰਡੀਆਂ ਵਿੱਚ ਕਿਸਾਨ ਬੈਠਾ, ਮੰਡੀਆਂ ਵਿੱਚ ਲੇਬਰ ਬੈਠੀ ਹੈ, ਸਾਡੇ ਆੜ੍ਹਤੀ ਬੈਠੇ ਨੇ, ਅਤੇ ਫਿਰ ਇਹਦੇ 'ਚ ਪਰਸੈਂਟੇਜ ਆਫ ਪੋਲ ਬਹੁਤ ਥੋੜ੍ਹੀ ਹੋਣੀ ਸੀ। ਜਿਹੜਾ ਸਹੀ ਪਰਪਜ਼ ਹੈ ਇਲੈਕਸ਼ਨ ਦਾ ਉਹ ਤਾਂ ਹੈ, ਇਲੈਕਸ਼ਨ ਕਮਿਸ਼ਨ ਵੀ ਕਹਿੰਦੀ ਹਰ ਵਕਤ ਵੱਧ ਤੋਂ ਵੱਧ ਲੋਕਾਂ ਨੂੰ ਆ ਕੇ ਵੋਟਾਂ ਪਾਉਣੀਆਂ ਚਾਹੀਦੀਆਂ, ਤਾਂ ਮੇਰਾ ਖਿਆਲ ਇਹ ਇਕੱਲੇ ਇਸੇ ਡਿਸੀਜਨ ਨਾਲ ਘੱਟ ਤੋਂ ਘੱਟ 8-10% ਵੋਟ ਦਾ ਫਰਕ ਪਏਗਾ। ਖੈਰ, ਚੋਣਾਂ ਦੀ ਤਰੀਕ 'ਚ ਬਦਲਾਅ ਹੋਇਆ ਚਾਹੇ ਕਾਂਗਰਸ ਦੀ ਵਜ੍ਹਾ ਨਾਲ ਜਾਂ ਕਿਸੇ ਹੋਰ ਦੀ ਵਜ੍ਹਾ ਨਾਲ, ਹੁਣ ਇਹ ਜੰਗ ਹੋਰ ਵੀ ਦਿਲਚਸਪ ਹੋ ਗਈ। ਉਮੀਦਵਾਰਾਂ ਤੇ ਲੋਕਾਂ ਨੂੰ ਜ਼ਿਆਦਾ ਉਡੀਕ ਵੀ ਨਹੀਂ ਕਰਨੀ ਪਵੇਗੀ, ਕਿਉਂਕਿ ਪਹਿਲਾਂ ਕਰੀਬ 10 ਦਿਨਾਂ ਤੱਕ ਕਿਸਮਤ ਈਵੀਐਮ 'ਚ ਕੈਦ ਰਹਿਣੀ ਸੀ ਤੇ ਹੁਣ ਜੋ ਘੱਟ ਕੇ 3 ਦਿਨ ਰਹਿ ਗਈ ਹੈ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼।